ਜਿਹੜਾ ਸਾਰਾ ਕੁਛ ਉਹਨਾਂ ਨੂੰ ਦੇਖ ਰਹੇ ਹੋਏ ਹਾਂ। ਸਾਰਿਆਂ ਨਾਲ ਸਾਡੀ ਗੱਲ ਹੋਈ ਬੀਬੀ ਮਮਤਾ ਜੀ ਨਾਲ, ਉਹਨਾਂ ਨੇ ਕਿਸੇ ਕਾਰਨਾਂ ਕਰਕੇ ਨਾ ਆਉਣ ਕਰਕੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਅੱਜ ਜ਼ਿਲ੍ਹਾ ਪ੍ਰਧਾਨ ਦਾ ਜਿਹੜਾ ਉਹਦਾ ਜਿਹੜਾ ਸੌਂਪਿਆ ਹੈਗਾ। ਅਤੇ ਪਰ ਜਿੱਥੇ ਕਿਉਂਕਿ ਜਦੋਂ ਜਿਹੜਾ ਅੱਜ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਤੁਹਾਨੂੰ, ਮੈਨੂੰ ਮੇਰੀ ਕਾਂਗਰਸ ਪਾਰਟੀ ਨੇ, ਮੇਰੇ MLA ਸਾਹਿਬ ਮਨੋਹਰ ਸਾਹਿਬ ਨੇ, ਸੁਜੋਤ ਜੀ ਨੇ, ਅਤੇ ਦਰਸ਼ਨ ਖੋਟਾ ਵੀਰ ਜੀ ਨੇ, ਅਤੇ ਮਮਤਾ ਦੱਤਾ ਜੀ ਨੇ ਮੇਰੇ ਵਰਤ ਨੂੰ ਦੇਖ ਕੇ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ। ਮੈਂ ਆਪਦੇ ਵੱਲੋਂ ਕਦੇ ਵੀ ਇਹਨਾਂ ਨੂੰ ਕੋਈ ਵੀ, ਅਤੇ ਸਾਰੇ ਹੀ ਪਿੰਡ ਨਗਰ ਨਿਵਾਸੀ ਕਪੂਰਾ ਬੀਬੀਆਂ ਭੈਣਾਂ ਭਰਾਵੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਧ ਸਰਬਸੰਮਤੀਆਂ ਸਾਡੇ ਧਰਮਕੋਟ ਹਲਕੇ 'ਚ ਹੋਈਆਂ MLA ਸਾਹਿਬ ਜੀ ਦੀ ਬਦੌਲਤ। ਤੁਹਾਡੇ ਪਿੰਡ ਵੀ ਕੋਸ਼ਿਸ਼ ਕੀਤੀ ਗਈ ਪਰ ਕੁਝ ਕਾਰਨਾਂ ਕਰਕੇ ਉਹ ਨੇਪਰੇ ਨਹੀਂ ਚੜ ਸਕੀ। ਇਹਦੇ ਵਿੱਚ ਉਸ ਤੋਂ ਬਾਅਦ ਸਾਰਿਆਂ ਨੂੰ ਖੁਲਾ ਕੇ ਤੁਹਾਡੇ ਪਿੰਡ ਵਾਲੇ ਸਾਰਿਆਂ ਨਾਲ ਵਾਅਦਾ ਕੀਤਾ ਸੀ ਉਹ ਨਿਭਾਉਣ ਆਏ ਹੈ। ਇਹ ਲੜੀ ਦੇ ਤਹਿਤ ਮੈਂ ਆਪਣੇ ਹਲਕੇ ਦੇ ਪਿਛਲੀ ਵਾਰ ਭਾਵੇਂ ਇਲੈਕਸ਼ਨ ਦੇ ਵਿੱਚ ਹਾਰ ਵੀ ਗਏ ਸੀ ਪਰ ਵਰਕਰ ਦੇ ਨਾਲ ਖੜੇ ਹੋਣ ਕਰਕੇ ਇਹ ਦੁਬਾਰਾ 22-23 ਹਜ਼ਾਰ ਦੇ ਜਿੱਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕਿਉਂਕਿ ਜੇ ਵਰਕਰਾਂ ਦੇ ਨਾਲ ਖੜੇ ਰਹੇ, ਵਰਕਰ ਜੋਸ਼ ਰਹੇ, ਅਤੇ ਆਉਂਦੀ ਵਾਰ ਨੂੰ ਇਲੈਕਸ਼ਨ ਕੀਤਾ ਸੀਗਾ ਜੋ MLA ਸਾਹਿਬ ਕਰ ਦੇਣਗੇ ਮੈਂ ਸਾਨੂੰ ਮਨਜ਼ੂਰ ਆ, ਪਰ ਬੀਬੀ ਜਾਂ ਸਰਪੰਚੀ ਦੇ ਅਹੁਦੇ ਦੇ ਦਾਅਵੇਦਾਰ ਵੀ ਨਹੀਂ ਬਣੀ। ਸੋ ਇਹ ਤਾਂ ਇਹਨਾਂ ਨੂੰ ਪਤਾ ਸੀਗਾ ਵੀ ਮੈਨੂੰ ਮਾਨ ਸਨਮਾਨ ਵੱਧ ਹੀ ਮਿਲਣਾ ਘੱਟ ਨਹੀਂ ਮਿਲਣਾ ਹੈਗਾ, ਇਸ ਕਰਕੇ ਇਹਨਾਂ ਨੇ ਕੋਈ ਦਾਅਵੇਦਾਰੀ ਨਹੀਂ ਜਿਤਾਈ। ਇਹਨਾਂ ਨੇ ਮੇਰੇ ਬਿੱਟੂ ਦਾ ਨਾਂ ਲਿਆ ਲੈ ਕੇ ਇਹਨਾਂ ਦੀ ਬੜੀ ਮਿਹਨਤ ਆ ਤੇ ਬੜੀ ਲਗਨ ਦੇ ਨਾਲ ਇਹ ਜਿਹੜਾ ਇਹ ਅੱਜ ਕੰਮ ਕਰ ਰਹੇ ਆ, ਤੇ ਮੈਂ ਕਹਿੰਦਾ ਇਹ ਟਰੈਕਟਰ ਦਾ ਮੇਰਾ ਨਿਸ਼ਾਨ ਮਿਲਿਆ ਹੈਗਾ ਤੇ ਮੈਨੂੰ ਪਤਾ ਨੀ ਸਾਰਾ ਚਰਚਾ ਜਾ ਕੇ ਜਿਹਨੇ ਧਰਮ ਜੀ ਤੋਂ ਵੀ ਬਹੁਤ ਵੱਡੀ ਹਿੰਮਤ ਆ ਤੇ ਸਾਰਾ ਇਹਨਾਂ ਨੇ ਉੱਚੀ ਬੋਲੋ ਭੈਣ ਜੀ ਦਿਓ ਜਾਣਕਾਰੀ ਜਿਹੜਾ ਜਿੱਥੋਂ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਹਾਂਜੀ, ਮੇਰੀ ਕਾਂਗਰਸ ਪਾਰਟੀ ਨੇ ਮੇਰਾ ਵਰਕ ਦੇਖਦੇ ਹੋਏ, ਮੇਰੇ MLA ਸਾਹਿਬ ਹਰਜੋਤ ਜੀ ਨੇ, ਲੋਹਗੜ ਸਾਹਿਬ ਜੀ ਨੇ, ਉਸ ਤੋਂ ਬਾਅਦ ਦਰਸ਼ਨ ਬਰਾੜ ਜੀ ਨੇ ਅਤੇ ਮਮਤਾ ਦੱਤਾ ਜੀ ਨੇ ਮੇਰਾ ਵਰਕ ਦੇਖ ਕੇ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ। ਮੈਂ ਇਹਨਾਂ ਦੀ ਹਰ ਉਮੀਦ ਨੂੰ ਅਤੇ ਖਰੀ ਉਤਰਾਂਗੀ ਅਤੇ ਕਾਂਗਰਸ ਪਾਰਟੀ ਦੀ ਸੇਵਾ ਪੂਰੀ ਦਿਨ ਰਾਤ
ਆਉਣ ਵਾਲੇ ਸਮੇਂ 'ਚ ਤੁਸੀਂ ਕੀ ਕਰ ਰਹੇ ਹਾਂ ਇਸਤਰੀਆਂ ਲਈ, ਵਿਸ਼ੇਸ਼ ਉਪਰਾਲੇ ਕੀ ਕਰ ਰਹੇ? ਮੈਂ, ਮੇਰੀਆਂ ਭੈਣਾਂ ਮੇਰੇ ਨਾਲ ਬਹੁਤ ਜ਼ਿਆਦਾ ਵਰਕ ਕਰਾਉਂਦੀਆਂ ਨੇ, ਮੈਂ ਇਹਨਾਂ ਦੀ ਹਰ ਜਿਹੜੀ ਵੀ ਕੋਈ ਮੁਸ਼ਕਲ ਆ ਉਹਦੇ ਵਿੱਚ ਇਹਨਾਂ ਦਾ ਸਾਥ ਦੇਵਾਂਗੀ ਅਤੇ ਵੱਧ ਚੜ੍ਹ ਕੇ ਅਸੀਂ ਆਪਦੇ ਪਿੰਡਾਂ ਦਾ ਵਿਕਾਸ ਕਰਾਂਗੇ ਅਤੇ ਦਿਨ ਰਾਤ ਮਿਹਨਤ ਕਰਾਂਗੇ।